ਇੱਕ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਨਿਹੰਗ ਸਿੰਘਾਂ ਤੇ ਇਲਜ਼ਾਮ ਲੱਗੇ ਨੇ। ਇੱਕ ਪਿਓ ਪੁੱਤ ਤੇ ਹਮਲਾ ਕਰ ਦਿੱਤਾ ਹੈ, ਦੋਵਾਂ ਦੇ ਗੁੱਟ ਵੜ ਦਿੱਤੇ ਨੇ। ਪਿਤਾ ਦੀ ਮੌਤ ਹੋ ਗਈ ਜਦਕਿ ਪੁੱਤਰ ਗੰਭੀਰ ਜ਼ਖਮੀ ਹੈ, ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ, ਹਸਪਤਾਲ ਦੇ ਵਿੱਚ ਦਾਖਲ ਹੈ। ਨਿਹੰਗ ਸਿੰਘਾਂ ਦੇ ਵੱਲੋਂ ਪਿਓ ਪੁੱਤ ਦਾ ਪਹਿਲਾਂ ਗੁੱਟ ਵੱਢਿਆ ਜਾਂਦਾ ਹੈ ਤੇ ਪਿਓ ਦੀ ਮੌਤ ਹੋ ਗਈ ਹੈ, ਜਦਕਿ ਪੁੱਤਰ ਹਸਪਤਾਲ ਦੇ ਵਿੱਚ ਗੰਭੀਰ ਜ਼ਖਮੀ ਹੈ ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ। ਘਰ 'ਚ ਦਾਖਲ ਹੋ ਕੇ ਇਹ ਹਮਲਾ ਕਰਨ ਦੇ ਇਲਜ਼ਾਮ ਲੱਗੇ ਨੇ ਨਿਹੰਗ ਸਿੰਘਾਂ ਤੇ। ਸ਼ਮੀ ਕੁਮਾਰ ਅਤੇ ਉਸਦਾ ਪੁੱਤਰ ਕਰਨ ਕੁਮਾਰ ਦਾ ਪਹਿਲਾਂ ਗੁੱਟ ਵੱਢਿਆ, ਜਿਸ ਤੋਂ ਬਾਅਦ ਸ਼ਮੀ ਕੁਮਾਰ ਦੀ ਮੌਤ ਹੋ ਗਈ ਅਤੇ ਉਸਦਾ ਪੁੱਤਰ ਕਰਨ ਕੁਮਾਰ ਹਸਪੀਟਲ ਦੇ ਵਿੱਚ ਇਲਾਜ ਅਧੀਨ ਹੈ। ਹਾਲਾਂਕਿ ਵਾਰਦਾਤ ਵਾਲੀ ਥਾਂ ਤੇ ਪੁਲਿਸ ਪਹੁੰਚ ਚੁੱਕੀ ਹੈ, ਜ਼ਖਮੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਨਿਹੰਗ ਸਿੰਘਾਂ ਦੇ ਨਾਲ ਇਹ ਖੂਨੀ ਝੜਪ ਹੋਈ ਹੈ ਤੇ ਇਸ ਦੌਰਾਨ ਦੋ ਲੋਕ ਜ਼ਖਮੀ ਦੱਸੇ ਜਾ ਰਹੇ ਨੇ, ਇੱਕ ਦੀ ਮੌਤ ਹੋ ਗਈ ਹੈ। ਇਲਜ਼ਾਮ ਇਹ ਨੇ ਕਿ ਸ਼ਮੀ ਕੁਮਾਰ ਨਾਮਕ ਵਿਅਕਤੀ ਤੇ ਘਰ 'ਚ ਦਾਖਲ ਹੋ ਕੇ ਨਿਹੰਗ ਸਿੰਘਾਂ ਦੇ ਵੱਲੋਂ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ ਗਿਆ। ਸ਼ਮੀ ਕੁਮਾਰ ਤੇ ਉਸਦਾ ਬੇਟੇ ਦਾ ਗੁੱਟ ਵੜ ਦਿੱਤਾ ਗਿਆ। ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਵਾਰਡ ਨੰਬਰ 6 ਦੇ ਵਿੱਚ ਇਹ ਵੱਡੀ ਵਾਰਦਾਤ ਵਾਪਰੀ ਹੈ। ਤਰਨ ਤਾਰਨ ਦਾ ਵਿਧਾਨ ਸਭਾ ਹਲਕਾ ਪੱਟੀ ਜਿਸਦਾ ਵਾਰਡ ਨੰਬਰ 6 ਜਿੱਥੇ ਇਹ ਵੱਡੀ ਵਾਰਦਾਤ ਵਾਪਰੀ ਹੈ, ਨਿਹੰਗ ਸਿੰਘਾਂ ਦੇ ਬਾਣੇ 'ਚ ਆਏ ਵਿਅਕਤੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਸ਼ਮੀ ਕੁਮਾਰ ਦੀ ਮੌਤ ਹੋ ਚੁੱਕੀ ਹੈ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ। ਸਿਵਲ ਹਸਪੀਟਲ ਦੇ ਵਿੱਚ ਉਸਦੇ ਬੇਟੇ ਨੂੰ ਭਰਤੀ ਕਰਵਾਇਆ ਗਿਆ ਹੈ। ਨਿਹੰਗ ਸਿੰਘਾਂ ਨੇ ਪਿਤਾ ਅਤੇ ਬੇਟੇ ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਪਿਤਾ ਦੀ ਮੌਤ ਹੋ ਗਈ ਹੈ, ਪੁੱਤਰ ਇਲਾਜ ਅਧੀਨ ਹੈ। ਤਰਨ ਤਾਰਨ ਤੋਂ ਇਹ ਵੱਡੀ ਵਾਰਦਾਤ ਸਾਹਮਣੇ ਆਈ ਹੈ, ਤਸਵੀਰਾਂ ਕੈਮਰੇ ਦੇ ਵਿੱਚ ਵੀ ਕੈਦ ਹੋਈਆਂ ਨੇ। ਨਿਹੰਗ ਸਿੰਘਾਂ ਤੇ ਇਲਜ਼ਾਮ ਨੇ ਕਿ ਇਹਨਾਂ ਨੇ ਅਟੈਕ ਕੀਤਾ ਹੈ, ਘਰ ਦੇ ਵਿੱਚ ਦਾਖਲ ਹੋਏ ਨੇ, ਪਿਓ ਪੁੱਤ ਤੇ ਹਮਲਾ ਕੀਤਾ। ਹਾਲਾਂਕਿ ਕਾਰਨ ਕੀ ਨੇ ਮੁੱਢਲੀ ਜਾਣਕਾਰੀ ਹਾਲੇ ਮਿਲਣਾ ਬਾਕੀ ਹੈ, ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਨਿਹੰਗ ਸਿੰਘਾਂ ਦੇ ਵੱਲੋਂ ਘਰ 'ਚ ਵੜ ਕੇ ਅਟੈਕ ਕੀਤਾ ਗਿਆ, ਪਿਓ ਪੁੱਤ ਤੇ ਹਮਲਾ ਕੀਤਾ ਗਿਆ, ਪਿਓ ਦੀ ਮੌਤ ਹੋ ਗਈ ਹੈ, ਪੁੱਤਰ ਜ਼ਖਮੀ ਹੈ, ਦੋਵਾਂ ਦੇ ਗੁੱਟ ਵੜ ਦਿੱਤੇ ਗਏ ਨੇ ਤੇ ਹੁਣ ਪੁੱਤਰ ਦਾ ਇਲਾਜ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ ਹੈ। ਪੁਲਿਸ ਅਧਿਕਾਰੀ ਮੌਕੇ 'ਤੇ ਨੇ, ਜਾਂਚ ਪੜਤਾਲ ਕੀਤੀ ਜਾ ਰਹੀ ਹੈ।